ਭਿਆਨਕ ਹਾਦਸੇ ਦੀਆਂ ਇਹ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਕਾਰ ਜਦੋਂ ਸੜਕ ਦੇ ਉੱਤੋਂ ਨਿਕਲ ਰਹੀ ਹੁੰਦੀ ਹੈ ਤਾਂ ਉਸਦੇ ਉੱਪਰ ਹੀ ਆ ਕੇ ਬਿਜਲੀ ਦਾ ਖੰਭਾ ਟੁੱਟ ਕੇ ਡਿੱਗ ਜਾਂਦਾ ਹੈ। ਹਾਲਾਂਕਿ ਇਸ ਹਾਦਸੇ ਦੇ ਵਿੱਚ ਕਾਰ ਬੁਰੇ ਤਰੀਕੇ ਦੇ ਨਾਲ ਨੁਕਸਾਨੀ ਗਈ ਹੈ, ਪਰ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਹੈ ਕਿ ਜਾਕੋ ਰੱਖ ਕੇ ਸਾਈਆਂ ਮਾਰ ਸਕੇ ਨਾ ਕੋਏ, ਤਾਂ ਇਹ ਟੁੱਕਾਂ ਜੋ ਨੇ ਉਹ ਇੱਥੇ ਸਹੀ ਢੁੱਕਦੀਆਂ ਨਜ਼ਰ ਆ ਰਹੀਆਂ ਨੇ, ਕਿਉਂਕਿ ਬਿਲਕੁਲ ਹੀ ਮੌਤ ਜੋ ਹੈ ਇਹਨਾਂ ਕਾਰ ਸਵਾਰਾਂ ਨੂੰ ਛੂਹ ਕੇ ਘੋਲ ਦੀ ਲੰਘ ਗਈ ਹੈ, ਕਿਉਂਕਿ ਬਿਜਲੀ ਦਾ ਇਹ ਖੰਭਾ ਦੇਖਣ ਦੇ ਵਿੱਚ ਵੀ ਕਾਫ਼ੀ ਭਾਰੀ ਲੱਗ ਰਿਹਾ ਅਤੇ ਇੱਕ ਪਾਸੇ ਨੂੰ ਜਦੋਂ ਇਹ ਟੇਢਾ ਹੋਇਆ ਤਾਂ ਕਾਰ ਅਤੇ ਖੰਭੇ ਦੇ ਵਿਚਕਾਰ ਮਹਿਜ਼ ਕਿਹਾ ਜਾ ਰਿਹਾ ਅਤੇ 3 ਤੋਂ 4 ਇੰਚੀ ਦਾ ਫਰਕ ਰਹਿ ਗਿਆ, ਜਿਸ ਦੇ ਕਾਰਨ ਇਹ ਖੰਭਾ ਕਾਰ ਦੇ ਉੱਪਰ ਨਹੀਂ ਡਿੱਗਿਆ। ਹਾਲਾਂਕਿ ਇੱਕ ਵਾਰ ਜੋ ਕਾਰ ਸਵਾਰ ਸੀ ਉਹਨਾਂ ਦੀ ਜਾਨ ਵੀ ਜੋ ਹੈ ਉਹ ਮੂੰਹ ਦੇ ਵਿੱਚ ਆ ਜਾਂਦੀ ਹੈ, ਕਿਉਂਕਿ ਅਚਾਨਕ ਹੀ ਇਹ ਖੰਭਾ ਜੋ ਹੈ ਟੁੱਟ ਕੇ ਚਲਦੀ ਕਾਰ ਦੇ ਅੱਗੇ ਆ ਕੇ ਟੇਢਾ ਹੋ ਜਾਂਦਾ ਹੈ। ਹਾਲਾਂਕਿ ਇਸ ਹਾਦਸੇ ਦੇ ਕਾਰਨ ਕਿਹਾ ਜਾ ਰਿਹਾ ਕਿ ਕਈ ਲੋਕਾਂ ਦੇ ਦੇਖ ਕੇ ਹੋਸ਼ ਉੱਡ ਗਏ। ਹਾਲਾਂਕਿ ਇੱਕ ਇਸ ਦੌਰਾਨ ਸਫੇਦ ਕਾਰ ਸਵਾਰ ਜੋ ਹੈ ਉਹ ਆਪਣੀ ਗੱਡੀ ਦੇ ਵਿੱਚੋਂ ਭੱਜਦਾ ਵੀ ਨਜ਼ਰ ਆਇਆ, ਪਰ ਕਿਹਾ ਜਾ ਰਿਹਾ ਕਿ ਜੋ ਲਾਲ ਰੰਗ ਦੀ ਕਾਰ ਹੈ ਜਿਸ ਦੇ ਉੱਪਰ ਇਹ ਖੰਭਾ ਟੁੱਟ ਕੇ ਟੇਢਾ ਹੋਇਆ ਉਹ ਸਾਰੇ ਹੀ ਸੁਰੱਖਿਅਤ ਬਚੇ ਨੇ। ਤਾਂ ਦੱਸ ਦਈਏ ਕਿ ਹਾਦਸਾ ਰਾਜਸਥਾਨ ਦੇ ਗੰਗਾਨਗਰ ਦੇ ਵਿੱਚ ਵਾਪਰਿਆ, ਜਿੱਥੇ ਕਿ ਅਚਾਨਕ ਹੀ ਬਿਜਲੀ ਦਾ ਖੰਭਾ ਟੇਢਾ ਹੋ ਗਿਆ। ਤੇਜ਼ ਮੀਂਹ ਅਤੇ ਹਨੇਰੀ ਲਗਾਤਾਰ ਇੱਥੇ ਚੱਲ ਰਹੀ ਸੀ, ਕਿਉਂਕਿ ਲਗਾਤਾਰ ਤੁਹਾਨੂੰ ਦੱਸ ਦਈਏ ਕਿ ਰਾਜਸਥਾਨ ਦੇ ਵਿੱਚ ਵੀ ਕਈ ਦਿਨਾਂ ਤੋਂ ਭਾਰੀ ਬਰਸਾਤ ਹੋ ਰਹੀ ਹੈ ਅਤੇ ਇਸ ਦੌਰਾਨ ਜਦੋਂ ਤੇਜ਼ ਹਨੇਰੀ ਅਤੇ ਝੱਖੜ ਚੱਲਿਆ ਤਾਂ ਕਈ ਦਰੱਖਤ ਜਿੱਥੇ ਟੁੱਟ ਕੇ ਡਿੱਗੇ ਉੱਥੇ ਹੀ ਇਹ ਬਿਜਲੀ ਦਾ ਲੋਹੇ ਦਾ ਖੰਭਾ ਇੱਕ ਪਾਸੇ ਨੂੰ ਇਹ ਟੇਢਾ ਹੋ ਜਾਂਦਾ ਹੈ ਅਤੇ ਇਸ ਦੇ ਕਾਰਨ ਹੀ ਇਲਾਕੇ ਦੀ ਬੱਤੀ ਵੀ ਗੁੱਲ ਹੋ ਜਾਂਦੀ ਹੈ।